ਇਹ ਆ ਜੀ ਉਹ ਥਾਂ ਜਿੱਥੇ 40 ਸਿੰਘਾਂ ਨੇ ਔਰੰਗਜ਼ੇਬ ਦੀ 10 ਲੱਖ ਦੀ ਫੌਜ ਨਾਲ ਮੁਕਾਬਲਾ ਕੀਤਾ ਸੀ ਅਤੇ ਇਸ ਥਾਂ ਦੇ ਉੱਤੇ 5-5 ਸਿੰਘਾਂ ਦਾ ਜਿਹੜਾ ਜਥਾ ਸੀ ਉਹਨਾਂ ਨੇ ਆ ਕੇ ਇਸ ਥਾਂ 'ਤੇ ਲੜੇ ਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਅਤੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ? ਇਹ ਆਪਣਾ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਕਿ ਬੜੇ ਸਾਹਿਬਜ਼ਾਦੇ ਨੇ ਜੰਗ ਲੜੀ ਸੀ 10 ਲੱਖ ਫੌਜ ਨਾਲ ਅਤੇ 10 ਲੱਖ ਫੌਜ ਦਾ ਜਿਹੜਾ ਭੁੱਖੇ ਭਾਣੇ ਉਰੇ ਮੁਕਾਬਲਾ ਕਰਿਆ ਸੀਗਾ ਅਤੇ ਇਤਿਹਾਸਿਕ ਸਥਾਨ ਹੈ। ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੱਚੀ ਗੜੀ ਸਾਹਿਬ ਦੇ ਅਤੇ ਇਸ ਥਾਂ 'ਤੇ ਹੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਸਿੰਘ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਰੁਕੇ ਸੀ ਅਤੇ ਜਿਹੜਾ ਨੀਚੇ ਗੁਰਦੁਆਰਾ ਕਤਲਗੜ੍ਹ ਸਾਹਿਬ ਉੱਥੇ ਜਾ ਕੇ ਉਹ 5-5 ਸਿੰਘਾਂ ਦਾ ਜਥਾ ਜਿਹੜਾ ਕਿ 10 ਲੱਖ ਦੀ ਫੌਜ ਨਾਲ ਲੜਿਆ ਸੀ ਅਤੇ ਉਹਨਾਂ ਨੇ ਜਿਹੜੀ ਸ਼ਹੀਦੀ ਹਾਸਲ ਪ੍ਰਾਪਤ ਕੀਤੀ ਸੀ ਅਤੇ ਉਸੇ ਰਾਤ ਨੂੰ ਭਾਈ ਦਇਆ ਸਿੰਘ ਜੀ ਅਤੇ ਪੰਜ ਪਿਆਰਿਆਂ ਦੇ ਕਹਿਣ ਤੋਂ ਬਾਅਦ ਗੁਰੂ ਜੀ ਨੇ ਇੱਕ ਚੀਗੜੀ ਰਾਤ ਦੇ ਛੱਡੀ ਸੀ ਅਤੇ ਤਾੜੀ ਮਾਰ ਕੇ ਇੱਥੋਂ ਉਹ ਗਏ ਸੀ ਮਾਛੀਵਾੜੇ ਵੱਲ ਅਤੇ ਜਿਹੜੇ ਜੰਗਲਾਂ ਰਾਹੀਂ ਹੁੰਦੇ ਉਹ ਮਾਛੀਵਾੜੇ ਪਹੁੰਚੇ ਸੀ। ਅੱਜ ਸਾਡਾ ਸਫ਼ਰ ਉਸ ਤਰ੍ਹਾਂ ਦਾ ਹੈ। ਹਾਂਜੀ ਵੀਰੇ ਕਿੱਥੇ ਜਾਣਾ ਆਪਾਂ ਨੇ ਅੱਜ? ਆਪਾਂ ਨੇ ਵੀਰੇ ਹੁਣ ਕੱਚੀ ਗੜੀ ਤੋਂ ਸਿੱਧਾ ਮਾਛੀਵਾੜਾ ਸਾਹਿਬ ਜਾਣਾ ਹੈ ਅਤੇ ਜੰਗਲਾਂ ਰਾਹੀਂ ਆਪਾਂ ਨੇ ਜੋ ਵੀ ਗੁਰੂ ਸਾਹਿਬ ਉਸ ਟਾਈਮ ਗਏ ਸੀ ਉਹ ਸਾਰਾ ਤੁਹਾਨੂੰ ਆਪਾਂ ਦਿਖਾਵਾਂਗੇ ਸਫ਼ਰ ਅਤੇ ਬਣੇ ਰਹੋ ਵੀਰੇ ਦੇ ਆਪਣੇ ਐਂਡ ਤੱਕ। ਗੁਰਦੁਆਰਾ ਬਣਾ ਦੇਣਾ।
दोस्तों पमाशीवाड़ा साहब आ चुके हैं, देखो गुरुद्वारा दर्शन कर लो। गुरुद्वारा मासी बोला सर Thank you.
देखने मत तुम ਬਾਹਰ ਲੈਣ ਜ਼ਿਆਦਾ ਲੰਬੀ ਤੇ ਉਹ ਤੋਂ ਬਾਅਦ ਤਾਂ ਘੱਟੇ ਨਾ ਉਹ ਥੋੜ੍ਹਾ ਦਿਖਾ ਦਿੰਦੇ ਹਾਂ ਆਪਣੇ ਆਪ ਨੂੰ ਦਿਖਾ ਦਿਓ ਇੱਥੇ ਆਪਾਂ ਮਾਛੀਵਾੜਾ ਸਾਹਿਬ ਪਹੁੰਚ ਗਏ ਹੈ ਚਮਕੌਰ ਦੀ ਕੱਚੀ ਗੜੀ ਤੋਂ ਹੁੰਦੇ ਹੋਏ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਇਸ ਸਥਾਨ 'ਤੇ ਆਏ ਸੀ ਜੰਗਲਾਂ ਵਿੱਚੋਂ ਨਿਕਲਦੇ ਹੋਏ ਅਤੇ ਮਾਛੀਵਾੜਾ ਸਾਹਿਬ ਚਮਕੌਰ ਦੀ ਕੱਚੀ ਗੜੀ ਤੋਂ ਨਿਕਲਦੇ ਹੋਏ ਪੂਰੇ ਪਹੁੰਚੇ ਸੀਗੇ ਅਤੇ ਇੱਥੇ ਆ ਕੇ ਉਹਨਾਂ ਨੇ ਜਿਹੜਾ ਹੈਗਾ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਗੁਰੀਦਾਂ ਦਾ ਕਹਿਣਾ ਜਿਵੇਂ ਰੋਗ ਰਜਾਈਆਂ ਦਾ ਉੜਨਾ ਨਿਵਾਸਾਂ ਨੇ ਇਸ ਸਥਾਨ 'ਤੇ ਉਹ ਸ਼ਬਦ ਉਚਾਰਿਆ ਸੀ ਅਤੇ ਇਸ ਸਥਾਨ ਦਾ ਜਿਹੜਾ ਆਲਾ ਦੁਆਲਾ ਹੈ ਉਹ ਵੀ ਦੇਖਾਂਗੇ ਅਤੇ ਚਲੋ ਚੱਲਦੇ ਹਾਂ ਬਾਹਰ ਜਾ ਸੰਗਤ ਕਾਫੀ ਦੂਰੋਂ ਦੂਰੋਂ ਆਈ ਹੋਈ ਉਰੇ ਤੁਸੀਂ ਦੇਖ ਸਕਦੇ ਹੋ ਮਾਛੀਵਾੜਾ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਲੰਗਰ ਹਾਲ ਲੰਗਰ ਲੱਗਿਆ ਹੋਇਆ ਹੈ ਮਾਰੇ ਜਾਂਦੇ ਹਨ ਤੇ
ਦੀਵਾਨ ਹਾਲ ਇੱਧਰ ਲੱਗੇ ਹੋਏ, ਦੀਵਾਨ ਸਜੇ ਹੋਏ। ਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੂਜੇ ਇਹ ਪਵਿੱਤਰ ਖੂਹ ਆਪਣਾ ਦਰਸ਼ਨ ਕਰ ਸਕਦੇ ਤੁਸੀਂ। ਜਿਹੜਾ ਪਵਿੱਤਰ ਖੂਹ ਉਹਦਾ ਜਲ ਪੂਰੇ ਆਉਂਦਾ ਅਤੇ ਛੱਕ ਸਕਦੇ ਜਲਦੀ। ਇਹਦੇ ਨੀਚੇ ਇਹ ਜਿਹੜਾ ਜੰਡ ਮੈਂ ਕਿਸਾ ਮੈਂ ਤੁਹਾਨੂੰ ਦੱਸ ਰਿਹਾ, ਜੰਡ ਦੇ ਨੀਚੇ ਇਸ਼ਨਾਨ ਕੀਤਾ ਤਾ, ਇੱਥੇ ਬਹਿ ਕੇ ਨਿਤਨੇਮ ਕੀਤਾ ਵਾ ਗੁਰੂ ਜੀ ਨੇ ਸਵੇਰੇ ਆ ਕੇ। ਸਤਿ ਸ਼੍ਰੀ ਅਕਾਲ।
ਨਹਿਰ ਦੇ ਥੱਲੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ। चलिए।